चोरां वालों इतिहासक मंदिर जमुना देवी विखे जिहड़ा चोरी दी वारदात नूं अंजाम दित्ता गया सी, उन्हां ने जिहड़ा उत्थे जिहड़ा गोरख दा चढ़ावा सीगा उह चों जिहड़े जिवें कुझ जिवें बोरियां च पा के जिहड़ा कैश लै गए सी, इहदी इतलाह मिलण ते जिहड़ा पुलिस वालों बड़े मुस्तैदी दे नाल काम कर रहे हैं, तिन्नां चोरां नूं जिहड़ा काबू किया जा चुका है। तो उन्होंने कोलों जिहड़ा दो कैश दे रहे आ जिहड़ा उन्होंने गोरख चों कैश चोरी किया सी, उहदे दो बोरे रिकवर किए गए आ, एक टॉय पिस्टल एक दातर ते तीन जिहड़े आरे वाले ब्लेड जिहड़े आ रिकवर किए जा चुके आ। ਇਹਦੇ ਬਾਰੇ ਕੋਈ ਮੰਦਰ ਦੇ ਜਿਹੜਾ ਟਰੱਸਟ ਆ ਉਹਨਾਂ ਨੇ ਕੋਈ ਸਾਨੂੰ ਇਹ ਕੋਈ ਕਲੀਅਰ ਨਹੀਂ ਕੀਤਾ ਵੀ ਕਿੰਨਾ ਉਹਨਾਂ ਦਾ ਜਿਹੜਾ ਵਾ ਚੋਰੀ ਆ, ਕਿਉਂਕਿ ਗੋਰਖ ਦੇ ਵਿੱਚ ਜਿਹੜਾ ਵਾ ਚੜਾਵਾ ਹੀ ਜਿਹੜਾ ਵਾ ਚੋਰੀ ਕਰਕੇ ਲੈ ਗਏ ਸੀ ਬੋਰਿਆਂ ਦੇ ਵਿੱਚ, ਅਤੇ ਇਹਦੇ ਬਾਰੇ ਸਪਸ਼ਟ ਕੋਈ ਇਹ ਰਕਮ ਉਹਨਾਂ ਨੇ ਦੱਸੀ ਨਹੀਂ ਹੈ ਅਤੇ ਨਾ ਇਹਦੇ ਆਪਣਾ ਕੋਈ ਫੈਕਟ ਕਲੀਅਰ ਹੋਇਆ ਵੀ ਕਿੰਨਾ ਕੈਸ਼ ਆ, ਅਤੇ ਬਾਕੀ ਇਹਦੇ ਬਾਰੇ ਸਾਰੀ ਤਫਤੀਸ਼ ਚੱਲ ਰਹੀ ਹੈ ਜੀ। ਲੋਕਾਂ ਦਾ ਟਰੱਸਟ ਕਿ ਦੋ ਜਿਹੜੇ ਬੋਰੇ ਬਰਾਮਦ ਹੋਏ ਦੋ ਵਾਲੇ ਰਿਕਵਰ ਹੋਣੇ ਰਹਿ ਗਏ ਨੇ, ਉਹਦੇ ਬਾਰੇ ਕੀ ਜਾਣਕਾਰੀ? देखो जी जी सानू इंटीमेशन मिली सी उहदे बिहार ते आपां चलो चोरां नूं राउंड अप करके पुलिस ने बड़ा बड़ी मुस्तैदी नाल काम कीता आ, ते चौंकी चोंडा दे वी ती पुलिस ने, ते इहदे संबंध उहनां ने जिहड़ा मौके ते जिहड़ा वा अपना टीमां बणा के जिहड़ी वख वख थावां ते छापेमारी करके जिहड़े तीन चोर काबू कीते, उहनां चों उहनां कोल सिर्फ अजे दो ही जिहड़े बैग रिकवर होए आ, इक होर उहनां ने मन्निया वा पर उहदी अजे रिकवरी करनी बाकी आ। ਮੁੱਢਲੀ ਤਫਤੀਸ਼ 'ਚ ਜਿਹੜਾ ਵਾ ਮੰਦਿਰ ਦਾ ਜਿਹੜਾ ਉਪ ਪ੍ਰਧਾਨ ਹੈ ਟਰੱਸਟ ਦੇ ਜਿਹੜੇ ਅਮਨ ਲਾਲ ਜੀ, ਉਹਨਾਂ ਨੇ ਜਿਹੜਾ ਵਾ ਸਟੇਟਮੈਂਟ ਜਿਹੜਾ ਐਫ ਆਈ ਆਰ ਦਰਜ ਰਜਿਸਟਰ ਕੀਤੀ ਜਾ ਰਹੀ ਹੈ, ਅਤੇ ਇਹਨਾਂ ਦੇ ਕੋਲ ਹੁਣ ਆਪਣਾ ਤਫਤੀਸ਼ ਦੇ ਦੌਰਾਨ ਜਿਹੜਾ ਵਾ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਊਗੀ, ਅਤੇ ਜਿਹਨਾਂ ਨੇ ਹੋਰ ਵੀ ਕੋਈ ਵਾਰਦਾਤ ਕੀਤੀ ਹੈ ਸਰ ਇਹਨਾਂ ਵੈਰੀਫਾਈ ਕੀਤਾ ਜਾਊਗਾ। ਇਹਨਾਂ ਨਾਲ ਹੋਰ ਕਿੰਨੇ ਹੀ ਬੰਦੇ ਜਿਹੜੇ ਤਿੰਨ ਫੜੇ, ਇਹਨਾਂ ਨੇ ਕੀ ਦੱਸਿਆ ਵੀ ਕਿੰਨੇ ਟੋਟਲ? ਫਿਲਹਾਲ ਅਜੇ ਤਿੰਨ ਹੀ ਆ ਜੀ, ਇੱਕ ਲਵਪ੍ਰੀਤ ਬਾਬਾ ਜੀ, ਇੱਕ ਰਵੀ ਕੁਮਾਰ, ਇੱਕ ਪਵਨ ਕੁਮਾਰ, ਤਿੰਨ ਚੋਰ ਜਿਹੜੇ ਚੋਰਾਂ ਦੇ ਵਿੱਚ ਰਹਿਣ ਵਾਲੇ। ਕਿੱਥੋਂ ਦੇ ਰਹਿਣ ਵਾਲੇ? ਇਹ ਕਸਬਾ ਚੋਰਾਂ ਦੇ ਵਿੱਚ ਦੇ ਰਹਿਣ ਵਾਲੇ ਨੇ। ਬੈਕਗ੍ਰਾਉਂਡ ਕੀ? ਦੁਬਾਰਾ ਨਾ ਚੋਰੀ ਹੋ ਜਾਏ, ਕਿਉਂਕਿ ਗਿਣਤੀ ਤੇ ਹੋ ਨਹੀਂ ਰਹੀ ਉੱਥੇ, ਤੁਹਾਨੂੰ ਪਤਾ ਹੀ ਹੈ। ਇਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਪੀਸੀਆਰ ਪਾਰਟੀ ਰਾਹੀਂ ਜਿਹੜਾ ਵਾ ਮੰਦਰ ਨੂੰ ਕਵਰ ਕੀਤਾ ਜਾਂਦਾ ਵਾ, ਤੇ ਚੌਂਕੀ ਚਾਰਜ ਵੱਲੋਂ ਵੀ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਬਣਾ ਕੇ ਜਿਹੜਾ ਇਹਨੂੰ ਕਵਰ ਕੀਤਾ ਜਾਂਦਾ, ਫਿਰ ਵੀ ਆਪਾਂ ਇੱਥੇ ਆਦਿ ਤੌਰ ਤੇ ਕੋਈ ਨਾ ਕੋਈ ਗਾਰਡ ਮੁਹੱਈਆ ਕਰਵਾਉਣ ਬਾਰੇ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਾਂਗੇ। ਇਹ ਜੀ ਮਾਤਾ ਮੰਦਰ ਚੋਂਡਾ ਦੇਵੀ ਦਾ ਮੰਦਰ ਬਹੁਤ ਇਤਿਹਾਸਿਕ ਮੰਦਰ ਆ, ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਜੋ ਕਿ ਅੰਦਰ ਗੋਲਕਾਂ ਦੇ ਵਿੱਚ ਪੈਸਾ ਜਮ੍ਹਾਂ ਹੋਇਆ ਪਿਆ ਵਾ, ਅਤੇ ਪੰਜ ਛੇ ਮਹੀਨੇ ਤੋਂ ਇਹਨੂੰ ਇੱਥੇ ਕਮੇਟੀ ਦੇ ਨਾਲ ਕੋਈ ਘਰੇਲੂ ਚੱਲਣ ਰਿਹਾ ਵਾ, ਅਤੇ ਜੋ ਕਿ ਪੈਸਾ ਇੱਥੇ ਜਮ੍ਹਾਂ ਪਿਆ ਵਾ ਇਹਦਾ ਕੋਈ ਵਾਲੀ ਵਾਰਸ ਨਹੀਂ ਬਣ ਰਿਹਾ। ਇੱਥੇ ਰਾਤੀ ਹਾਂਜੀ ਹਾਂਜੀ ਇੱਥੇ ਰਾਤੀ ਚੋਰੀ ਹੋਈ ਆ, ਅਤੇ ਪੰਡਾਂ ਦੇ ਨਾਲ ਰੁਪਏ ਬੰਨ ਕੇ ਖੜ੍ਹੇ ਆ ਚੋਰਾਂ ਨੇ, ਅਤੇ ਜੋ ਕਿ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਨਾ ਕੋਈ ਮੰਦਰ ਕਮੇਟੀ ਧਿਆਨ ਦੇ ਰਹੀ ਹੈ, ਨਾ ਪ੍ਰਸ਼ਾਸਨ ਧਿਆਨ ਦੇ ਰਿਹਾ। ਇਹ ਜੋ ਪੈਸਾ ਆ ਕਿਸੇ ਦੀ ਭਲਾਈ ਵਾਸਤੇ ਲੱਗੇ, ਕਿਸੇ ਦੇ ਕੰਮ ਆਵੇ, ਜਾਂ ਕਿਸੇ ਚੋਰਾਂ ਵਾਸਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਗਾਂਹ ਵਾਸਤੇ ਜੋ ਪ੍ਰਸ਼ਾਸਨ ਥੋੜ੍ਹਾ ਬਹੁਤ ਇਹਦੇ ਮੰਦਰ ਵੱਲ ਧਿਆਨ ਦੇਣ, ਅਤੇ ਇੱਥੇ ਪੁਲਿਸ ਦੀ ਕੋਈ ਅੰਦਰ ਡਿਊਟੀ ਲਾਈ ਜਾਵੇ ਜੋ ਮੰਦਰ ਦਾ ਧਿਆਨ ਰੱਖਣਾ।